ਕਈ ਏਜੰਟਸ ਦੇ ਮਨ 'ਚ ਵਹਿਮ ਆ ਕਿ ਮਹਿੰਗਾ ਦਫ਼ਤਰ ਬਣਾਵਾਂਗੇ ਤਾਂ ਲੋਕ ਅਟਰੈਕਟ ਹੁੰਦੇ ਆ। ਮੈਂ ਇਹ ਦੱਸਣਾ ਚਾਹੁੰਦਾ ਕਿ ਬਈ ਲੋਕ ਮੇਰੇ ਕੋਲ ਘਰ ਆਉਂਦੇ ਆ, ਠੀਕ ਆ, ਉਸੇ ਬਾਲੇ ਵਾਲੀ ਛੱਤ ਹੇਠਾਂ ਕਾਉਂਸਲਿੰਗ ਹੁੰਦੀ ਜਿੱਥੇ ਫਾਈਲਾਂ ਵੀ ਦਿੰਦੇ ਆ ਵੀ 25-25 ਲੱਖ ਦਾ ਭਰੋਸਾ ਕਰਦੇ ਆ ਮੇਰੇ 'ਤੇ, ਮੇਰੀ 24-25 ਸਾਲ ਦੀ ਉਮਰ ਹੈ, ਫਿਰ ਵੀ ਲੋਕ ਭਰੋਸਾ ਕਰਦੇ ਆ। ਉਹ ਮੈਂ ਦੱਸਣਾ ਚਾਹੁੰਦਾ ਕਿ ਦਫ਼ਤਰ ਮਾਇਨੇ ਨਹੀਂ ਰੱਖਦੇ, ਵੱਡੇ ਵੱਡੇ ਬੋਰਡ ਮਾਇਨੇ ਨਹੀਂ ਰੱਖਦੇ, ਤੁਹਾਡੇ ਕੰਮ ਦੀ ਕੁਆਲਿਟੀ, ਤੁਸੀਂ ਕੀ ਬੋਲਦੇ ਹੋ, ਤੁਸੀਂ ਕਿਵੇਂ ਸਲਾਹ ਦਿੰਦੇ ਹੋ, ਕਿ ਤੁਹਾਡੇ ਤੋਂ ਜਿਹੜੇ ਲੋਕ ਫਾਈਲਾਂ ਲਵਾ ਕੇ ਜਾਂਦੇ ਉਹਨਾਂ ਦੀ ਜ਼ਿੰਦਗੀ ਬਣਦੀ ਹੈ, ਕਿੰਨੇ ਲੋਕਾਂ ਦੀ ਜ਼ਿੰਦਗੀ ਬਣਦੀ ਹੈ। ਤਾਂ ਇਹ ਚੀਜ਼ ਮਾਇਨੇ ਰੱਖਦੀ ਹੈ। ਬੱਚਿਆਂ ਨੂੰ ਦੇਖਣਾ ਚਾਹੀਦਾ ਕਿ ਸਹੀ ਕੰਸਲਟੈਂਟ ਚੂਜ਼ ਇੱਦਾਂ ਨਹੀਂ ਹੁੰਦਾ ਕਿ ਜਿਹਦੇ ਬੋਰਡ ਵੱਡੇ ਆ, ਸਹੀ ਕੰਸਲਟੈਂਟ ਦੀ ਕਾਉਂਸਲਿੰਗ ਕਿਹੋ ਜਿਹੀ ਹੈ। ਏਜੰਟਸ ਦਾ ਕੰਮ ਹੁੰਦਾ ਕਿ ਦਫ਼ਤਰ ਬਣਾਉਣਾ, ਬੜਾ ਪੈਸਾ ਲਾਇਆ ਹੁੰਦਾ ਦਫ਼ਤਰਾਂ 'ਤੇ, ਅਗਲਾ ਦੇਖਦਾ ਕਿ ਯਾਰ ਦਫ਼ਤਰ ਦੇਖ ਕੇ ਹੀ ਬੱਚੇ ਆਉਣਗੇ ਸਾਡੇ ਕੋਲ ਕਿ ਦਫ਼ਤਰ ਕਿਹੋ ਜਿਹਾ। ਪਰ ਤੁਸੀਂ ਤਾਂ ਆਪਣੇ ਘਰ ਦੇ ਵਿੱਚ ਜਿੱਥੇ ਆਪਾਂ ਰਿਹਾਇਸ਼ ਰਹਿੰਦੇ ਹਾਂ ਉਸ ਜਗ੍ਹਾ ਦੇ ਉੱਤੇ ਅਸੀਂ ਲੰਘੇ ਜਾ ਰਹੇ ਤਾਂ ਦੇਖਿਆ ਬਾਹਰ ਘੱਟੋ ਘੱਟ 25-30 ਤਾਂ ਗੱਡੀਆਂ ਸਾਨੂੰ ਬਾਹਰ ਸੜਕ 'ਤੇ ਖੜੀਆਂ ਮਿਲ ਗਈਆਂ। ਇਹ ਕੀ ਕਾਰਨ ਹੈ ਕਿ ਘਰ ਦੇ ਵਿੱਚ ਹੀ ਤੁਸੀਂ ਆਪਣੀ ਅੱਜ ਕੰਮ? ਜਦੋਂ ਸੰਡੇ ਹੁੰਦਾ, ਐਤਵਾਰ ਬੱਚਿਆਂ ਨੂੰ ਪਤਾ ਹੁੰਦਾ ਕਿ ਮੈਂ ਘਰ ਆ, ਕੋਈ ਆਏ ਨਹੀਂ ਹੈਗਾ ਕਿ ਸਪੈਸ਼ਲੀ ਕਿਸੇ ਨੂੰ ਕਿਹਾ ਗਿਆ ਕਿ ਤੁਸੀਂ ਘਰ ਆ ਜਾਓ, ਤਾਂ ਬੱਚੇ ਆ ਜਾਂਦੇ ਆ, ਭੈਣ ਭਰਾ ਫੋਨ ਕਰ ਲੈਂਦੇ ਕਿ ਬਾਈ ਜੀ ਆਪਾਂ ਨੂੰ ਵੈਸੇ ਟਾਈਮ ਕਈ ਵਾਰੀ ਨਹੀਂ ਮਿਲਦਾ, ਕਈ ਵਾਰੀ ਮੈਂ ਬਾਹਰ ਅੰਦਰ ਹੁੰਦਾ, ਕਈ ਵਾਰੀ ਬੱਚਿਆਂ ਨਾਲ ਬੈਠ ਕੇ ਮੈਂ ਫਾਈਲਿੰਗ ਕਰਾ ਰਿਹਾ ਹੁੰਦਾ, ਫਿਰ ਉਹ 10-10 ਬੱਚਿਆਂ ਨੂੰ ਰੋਜ਼ ਮਿਲ ਕੇ ਉਹ ਕਰ ਰਿਹਾ। ਜਿਹੜੇ ਨਵੇਂ ਬੱਚੇ ਜਿਹੜੇ ਨਵੇਂ ਮਿਲਣਾ ਚਾਹੁੰਦੇ ਆ, ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਟਾਈਮ ਥੋੜ੍ਹਾ ਲੇਟ ਹੋ ਜਾਂਦਾ, ਫਿਰ ਉਹ ਐਤਵਾਰ ਨੂੰ ਘਰ ਆ ਜਾਂਦੇ ਆ। ਜਿਵੇਂ ਮੂਸੇ ਵਾਲੇ ਦੇ ਪਿੰਡ 'ਚ ਲੋਕਾਂ ਦਾ ਇੱਦਾਂ ਤਾਤਾ ਲੱਗਾ ਹੋਇਆ ਹੈ, ਇਸੇ ਤਰ੍ਹਾਂ ਹੀ ਇੱਥੇ ਲੋਕਾਂ ਦਾ ਤਾਤਾ ਲੱਗਿਆ। ਮੈਂ ਵੇਖਿਆ, ਮੈਨੂੰ ਇਵੇਂ ਜਾਪਿਆ ਕਿ ਜਿਵੇਂ ਇਹ ਸਿੱਧੂ ਮੂਸੇ ਵਾਲੇ ਦੇ ਘਰ ਅਤੇ ਉਹਦੇ ਘਰ 'ਚ ਕੋਈ ਫਰਕ ਨਹੀਂ ਲੱਗਾ। ਕੈਨੇਡਾ ਦੇ ਵਿੱਚ ਬੱਚਾ ਚਲਾ ਤਾਂ ਜਾਂਦਾ ਸਟੱਡੀ ਬੇਸ 'ਤੇ, ਪਰ ਉੱਥੇ ਜਾ ਕੇ ਨਾ ਕੰਮ ਮਿਲ ਰਿਹਾ, ਅਜਿਹੀਆਂ ਬੜੀਆਂ ਚਰਚਾਵਾਂ ਚੱਲ ਰਹੀਆਂ ਸੋਸ਼ਲ ਮੀਡੀਆ 'ਤੇ ਵੀ, ਕਿ ਉਹਦੇ ਵਿੱਚ ਕਿੰਨੀ ਕੁ ਸੱਚਾਈ? ਦੇਖੋ ਜੀ, ਸੱਚਾਈ ਹੈਗੀ ਹੈ, ਕੰਮ ਨਹੀਂ ਮਿਲਦਾ। ਪਹਿਲੀ ਗੱਲ ਤਾਂ ਬੱਚਾ ਚਲਾ ਬਹੁਤ ਗਿਆ, ਪਿਛਲੇ ਸਾਲ ਬਾਹਰ, ਪਿਛਲੇ  2-3 ਸਾਲਾਂ 'ਚ ਬਹੁਤ ਜ਼ਿਆਦਾ ਚਲਾ ਗਿਆ। ਉਸ ਤੋਂ ਬਾਅਦ ਜਿਹੜਾ ਬੱਚੇ ਦੀ ਪੜ੍ਹਾਈ ਦੀਆਂ ਕਲਾਸਾਂ ਦਾ ਸ਼ਡਿਊਲ ਆ, ਉਹ ਉਹਦੇ ਕੰਮ ਨਾਲ ਮੈਚ ਨਹੀਂ ਖਾਂਦਾ। ਇਸ ਚੀਜ਼ 'ਤੇ ਸਾਡਾ ਪੂਰਾ ਫੋਕਸ ਆ, ਕੰਮ ਸਾਡੀ ਪ੍ਰਾਇਰਿਟੀ ਆ। ਉੱਥੇ ਵੀ ਅਸੀਂ ਟੀਮ ਬਣਾ ਰੱਖੀ ਹੈ ਕੈਨੇਡਾ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਅਸੀਂ ਟੀਮ ਬਿਲਡ ਕਰ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਜਾਣ ਏਅਰਪੋਰਟ ਤੋਂ ਲੈ ਕੇ ਜਾਣ ਤੋਂ ਲੈ ਕੇ ਘਰ ਲੱਭਣ ਤੱਕ ਉਹਨਾਂ ਨੂੰ ਕੰਮ ਦਿਵਾਉਣ ਤੱਕ ਉਹਨਾਂ ਦੀ ਹੈਲਪ ਕੀਤੀ ਜਾਵੇ। ਸਰ, ਆਪਾਂ ਦੇਖਦੇ ਹਾਂ ਜੇ ਕਿਸੇ ਏਜੰਟ ਨੂੰ ਮਿਲਣ ਜਾਂਦੇ ਹਾਂ, ਉਹ ਉਹਨਾਂ ਦਾ ਸਟਾਫ ਹੀ ਗੱਲਬਾਤ ਕਰਦਾ, ਪਰ ਇਹਨਾਂ ਦੇ ਅੱਜ ਤੁਸੀਂ ਘਰ ਆਏ ਹੋ, ਅਗਲਾ ਆਪਣੇ ਘਰ ਦਾ ਐਡਰੈਸ ਦੇਣ ਤੋਂ ਕਤਰਾਉਂਦਾ, ਦੱਸਦਾ ਨਹੀਂ, ਪਰ ਉਹ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਸ ਚੀਜ਼ਾਂ ਨੂੰ ਸਰ, ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਵੀ ਐਡਰੈਸ ਕਰਦਾ ਉਹਨਾਂ ਨੂੰ ਦੇਣਾ ਕਤਰਾਉਂਦੇ ਆ, ਬਟ ਅਸੀਂ ਇਹਨਾਂ ਦੇ ਘਰ ਆਏ ਹਾਂ ਜਸਟ ਲਾਈਕ ਫੈਮਿਲੀ ਮੈਂਬਰ, ਇਹਨਾਂ ਨੇ ਸਾਨੂੰ ਡੀਲ ਕੀਤਾ, ਸਭ ਡਿਟੇਲਸ ਵਿੱਚ ਸਭ ਚੀਜ਼ ਦੱਸਿਆ ਇਹਨਾਂ ਨੇ। ਸਤਿ ਸ਼੍ਰੀ ਅਕਾਲ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ। ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਹਰ ਇੱਕ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ, ਉਹ ਚਾਹੁੰਦਾ ਕਿ ਉਸਦਾ ਵੀ ਸੁਨਹਿਰੀ ਭਵਿੱਖ ਹੈ ਜਿਹੜਾ ਉਹ ਬਣ ਸਕੇ, ਅਤੇ ਉਸਦੇ ਜਿਹੜੇ ਮਾਪੇ ਨੇ ਉਹ ਖੁਸ਼ ਹੋ ਸਕਣ, ਕਾਰੋਬਾਰ ਅਜਿਹਾ ਕਰ ਸਕੇ ਕਿ ਉਹਦੇ ਮਾਪਿਆਂ ਨੂੰ ਪਿੱਛੋਂ ਕੋਈ ਮੁਸ਼ਕਿਲ ਨਾ ਆਵੇ। ਤਾਂ ਹਰ ਬੱਚੇ ਦੇ ਮਾਪੇ ਵੀ ਚਾਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ, ਪਰ ਅਕਸਰ ਕੀ ਹੁੰਦਾ, ਏਜੰਟਸ ਅਜਿਹੇ ਟੱਕਰ ਜਾਂਦੇ ਨੇ, ਫਰੋਡ ਕਰ ਜਾਂਦੇ ਨੇ। ਕਈ ਤਰ੍ਹਾਂ ਦੇ ਏਜੰਟਾਂ ਨੂੰ ਜੇ ਮਿਲਦਾ ਜਾ ਕੇ ਆਫਿਸ ਦੇ ਵਿੱਚ ਮਿਲਦੇ ਨੇ, ਉਹ ਨਾ ਦਫ਼ਤਰਾਂ ਦੇ ਵਿੱਚ ਮੁੜ ਕੇ ਮਿਲਦੇ ਨੇ। ਪਰ ਜਿੱਥੇ ਅੱਜ ਅਸੀਂ ਪਹੁੰਚੇ ਹਾਂ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਤਾਂ ਨਹੀਂ ਹਨ। ਅਕਸਰ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋਵੋਗੇ। UL ਇਮੀਗ੍ਰੇਸ਼ਨ ਦੇ MD ਸਪੀਕਰ ਸਿੰਘ, ਉਹ ਸਾਡੇ ਨਾਲ ਅੱਜ ਮੌਜੂਦ ਨੇ, ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਹੀ, ਅਕਸਰ ਆਪਾਂ ਦੇਖਦੇ ਹਾਂ ਕਿ ਆਫਿਸਾਂ ਦੇ ਵਿੱਚ ਵੀ ਏਜੰਟਸ ਨਹੀਂ ਮਿਲਦੇ, ਪਰ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਹੀ ਕਾਉਂਸਲਿੰਗ ਕੀਤੀ ਹੋਈ ਆ। ਅੱਜ ਘਰ ਦੇ ਵਿੱਚ ਵੀ ਅਸੀਂ ਜਦੋਂ ਇੱਥੋਂ ਲੰਘੇ ਜਾ ਰਹੇ ਸੀ ਪਿੰਡ ਦੇ ਵਿੱਚੋਂ, ਤਾਂ ਇੰਨੇ ਕੁ ਲੋਕ ਉਹਨਾਂ ਦੇ ਘਰ ਦੇ ਵਿੱਚ ਬਾਹਰ ਗੱਡੀਆਂ ਸਾਨੂੰ ਖੜੀਆਂ ਦਿਖੀਆਂ ਕਿ ਲੋਕ ਉਹਨਾਂ ਦੇ ਲਈ ਉਹਨਾਂ ਦੇ ਨਾਲ ਕਾਉਂਸਲਿੰਗ ਕਰਨ ਦੇ ਲਈ ਪਹੁੰਚੇ ਹੋਏ ਸੀ। ਇਸ ਤਰ੍ਹਾਂ ਸਪੀਕਰ ਸਿੰਘ ਸਾਡੇ ਨਾਲ ਮੌਜੂਦ ਨੇ, ਸਰ ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਰੁਕੇ ਸਾਡੇ ਗ੍ਰਹਿ ਵਿਖੇ, ਅਤੇ ਬਹੁਤ ਬਹੁਤ ਜੀ ਆਇਆਂ ਨੂੰ ਜੀ। ਕਿਸ ਤਰ੍ਹਾਂ ਸਰ ਦੇਖਦੇ ਹੋ, ਅਕਸਰ ਏਜੰਟਸ ਦਾ ਕੰਮ ਹੁੰਦਾ ਕਿ ਦਫ਼ਤਰ ਬਣਾਉਣਾ, ਬੜਾ ਪੈਸਾ ਲਾਇਆ ਹੁੰਦਾ ਦਫ਼ਤਰਾਂ 'ਤੇ, ਅਗਲਾ ਦੇਖਦਾ ਕਿ ਯਾਰ
ਦਫ਼ਤਰ ਦੇਖ ਕੇ ਹੀ ਬੱਚੇ ਆਉਣਗੇ ਸਾਡੇ ਕੋਲ ਕਿ ਦਫ਼ਤਰ ਕਿਹੋ ਜਿਹਾ, ਪਰ ਤੁਸੀਂ ਤਾਂ ਆਪਣੇ ਘਰ ਦੇ ਵਿੱਚ ਜਿੱਥੇ ਆਪਾਂ ਰਿਹਾਇਸ਼ ਰਹਿੰਦੇ ਹਾਂ ਉਸ ਜਗ੍ਹਾ ਦੇ ਉੱਤੇ ਅਸੀਂ ਲੰਘੇ ਜਾ ਰਹੇ ਤਾਂ ਦੇਖਿਆ ਬਾਹਰ ਘੱਟੋ ਘੱਟ 25-30 ਤਾਂ ਗੱਡੀਆਂ ਸਾਨੂੰ ਬਾਹਰ ਸੜਕ 'ਤੇ ਖੜੀਆਂ ਮਿਲ ਗਈਆਂ। ਇਹ ਕੀ ਕਾਰਨ ਹੈ ਕਿ ਘਰ ਦੇ ਵਿੱਚ ਹੀ ਤੁਸੀਂ ਆਪਣੀ ਅੱਜ ਕਾਉਂਸਲਿੰਗ ਕਰਨੀ? ਉਹ ਦੇਖੋ ਜੀ, ਇਹ ਹੁੰਦਾ ਕਿ ਵੈਸੇ ਤਾਂ ਰੁਝਾਨ ਵੀਕਲੀ ਇੱਦਾਂ ਬਣਿਆ ਹੁੰਦਾ ਕਿ ਕੁਛ ਅਸੀਂ ਬੱਚਿਆਂ ਨਾਲ ਪ੍ਰੋਮਿਸ ਕੀਤਾ ਕਿ ਫਾਈਲਾਂ ਬੱਚੇ ਦੇ ਸਾਹਮਣੇ ਬਹਿ ਕੇ ਲਾਵਾਂਗੇ, ਤਾਂ ਉਹ 'ਚ ਡੇਲੀ ਇੱਦਾਂ ਹੁੰਦਾ ਕਿ ਸੋਮਵਾਰ ਤੋਂ ਸ਼ਨੀਵਾਰ 'ਤੇ ਇੱਦਾਂ ਹੋ ਜਾਂਦਾ ਕਿ ਬੱਚੇ ਆ ਜਾ ਰਹੇ ਆ ਦਫ਼ਤਰ। ਦਫ਼ਤਰ 'ਤੇ ਪੈਸਾ ਇਹ ਵੀ ਲਾਇਆ ਕਿ ਚੱਲ ਵਧੀਆ ਚੀਜ਼ ਹੋਣੀ ਚਾਹੀਦੀ ਹੈ, ਪਰ ਘਰ ਸਾਡਾ ਉਹੀ ਆ, ਬਾਲਿਆਂ ਵਾਲੀ ਛੱਤ ਆ ਜਿੱਥੇ ਅੱਜ ਕਾਉਂਸਲਿੰਗ ਚੱਲਦੀ ਹੈ, ਉਹ ਨਹੀਂ ਗੱਲ ਹੈਗੀ। ਪਰ ਮੇਨ ਚੀਜ਼ ਕੀ ਹੁੰਦੀ ਹੈ ਕਿ ਜਦੋਂ ਸੰਡੇ ਹੁੰਦਾ, ਐਤਵਾਰ ਬੱਚਿਆਂ ਨੂੰ ਪਤਾ ਹੁੰਦਾ ਕਿ ਮੈਂ ਘਰ ਆ, ਕੋਈ ਆਏ ਨਹੀਂ ਹੈਗਾ ਕਿ ਸਪੈਸ਼ਲੀ ਕਿਸੇ ਨੂੰ ਕਿਹਾ ਗਿਆ ਕਿ ਤੁਸੀਂ ਘਰ ਆ ਜਾਓ, ਤਾਂ ਬੱਚੇ ਆ ਜਾਂਦੇ ਆ, ਭੈਣ ਭਰਾ ਫੋਨ ਕਰ ਲੈਂਦੇ ਕਿ ਬਾਈ ਜੀ ਆਪਾਂ ਨੂੰ ਵੈਸੇ ਟਾਈਮ ਕਈ ਵਾਰੀ ਨਹੀਂ ਮਿਲਦਾ, ਕਈ ਵਾਰੀ ਮੈਂ ਬਾਹਰ ਅੰਦਰ ਹੁੰਦਾ, ਕਈ ਵਾਰੀ ਬੱਚਿਆਂ ਨਾਲ ਬੈਠ ਕੇ ਮੈਂ ਫਾਈਲਿੰਗ ਕਰਾ ਰਿਹਾ ਹੁੰਦਾ, ਫਿਰ ਉਹ 10-10 ਬੱਚਿਆਂ ਨੂੰ ਰੋਜ਼ ਮਿਲ ਕੇ ਉਹ ਕਰ ਰਹੇ, ਜਿਹੜੇ ਨਵੇਂ ਬੱਚੇ ਜਿਹੜੇ ਨਵੇਂ ਮਿਲਣਾ ਚਾਹੁੰਦੇ ਆ, ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਟਾਈਮ ਥੋੜ੍ਹਾ ਲੇਟ ਹੋ ਜਾਂਦਾ, ਫਿਰ ਉਹ ਐਤਵਾਰ ਨੂੰ ਘਰ ਆ ਜਾਂਦੇ ਆ। ਇਹ ਹਰ ਐਤਵਾਰ ਹੀ ਇੱਦਾਂ ਹੁੰਦਾ, ਕੋਈ ਅੱਜ ਦਾ ਨਹੀਂ ਹੈਗਾ, ਆਲਮੋਸਟ ਜ਼ਿਆਦਾਤਰ ਐਤਵਾਰ ਜਦੋਂ ਵੀ ਮੈਂ ਪਿੰਡ ਹੁੰਦਾ ਤਾਂ ਪਿੰਡ ਸ਼ਾਮ ਨੂੰ ਕਈ ਵਾਰੀ ਆ ਜਾਂਦੇ ਜਦੋਂ ਘਰ ਆ ਜਾਈਦਾ, ਨਹੀਂ ਤਾਂ ਫਿਰ ਐਤਵਾਰ ਨੂੰ ਲੋਕ ਮਿਲਣ ਆ ਜਾਂਦੇ ਆ। ਇਹ ਤਾਂ ਤੁਸੀਂ ਕਹਿ ਲਓ ਕਿ ਪਿਆਰ ਆ ਜੀ ਲੋਕਾਂ ਦਾ, ਜਿਨ੍ਹਾਂ ਨੂੰ ਪਤਾ ਕਿ ਆਪਾਂ ਸਹੀ ਕੰਮ ਕਰਦੇ ਹਾਂ, ਸੱਚ ਦੇ ਰਾਹ 'ਤੇ ਚਤੁਰੇ ਹੋਏ ਹਾਂ, ਜਿਨ੍ਹਾਂ ਨੂੰ ਪਤਾ ਕਿ ਆਪਾਂ ਜਿਹੋ ਜਿਹੇ ਫਰੋਡ ਹੋ ਰਹੇ ਸੀ ਮਾਰਕੀਟ 'ਚ ਉਹਨੂੰ ਰੋਕਿਆ, ਉਹ ਇੱਦਾਂ ਪਿਆਰ ਆਪਾਂ ਨੂੰ ਦਿਖਾਉਂਦੇ ਆ। ਪਰ ਏਜੰਟ ਤਾਂ ਖਾਸ ਕਰਕੇ ਇਹ ਵੀ ਚੀਜ਼ ਚਾਹੁੰਦਾ ਕਿ ਯਾਰ ਮੇਰੇ ਘਰ ਦਾ ਨਾ ਕਿਤੇ ਪਤਾ ਲੱਗ ਜਾਵੇ, ਕੱਲ੍ਹ ਨੂੰ ਅਗਲਾ ਕੋਈ ਘਰ ਦੇ ਬਾਹਰ ਆ ਕੇ ਧਰਨਾ ਨਾ ਲਗਾ ਦੇਵੇ, ਪ੍ਰੋਟੈਸਟ ਨਾ ਕਰ ਦੇਵੇ, ਪਰ ਤੁਸੀਂ ਆਪਣੇ ਘਰ ਦੇ ਵਿੱਚ ਕੀ ਕੋਈ ਡਰ ਨਹੀਂ ਅਜੇ? ਦੇਖੋ ਜੀ, ਧਰਨਿਆਂ ਤੋਂ ਉਹ ਡਰਦੇ ਹੁੰਦੇ ਆ ਜਿਨ੍ਹਾਂ ਨੇ ਕੁਛ ਗਲਤ ਕਰਨਾ ਹੁੰਦਾ ਜਾਂ ਜਿਨ੍ਹਾਂ ਨੇ ਕੁਛ ਗਲਤ ਕੀਤਾ ਹੁੰਦਾ, ਠੀਕ ਹੈ। ਮੈਨੂੰ ਵੀ ਬੜੇ ਧਮਕੀਆਂ ਵੀ ਆਉਂਦੀਆਂ, ਗੈਂਗਸਟਰਾਂ ਦੀਆਂ ਵੀ, ਧਰਨਿਆਂ ਦੀਆਂ ਵੀ ਇਹ ਹੁੰਦੀਆਂ, ਪਰ ਕਾਗਜ਼ੀ ਤੌਰ 'ਤੇ ਹਰ ਚੀਜ਼ ਆਪਣੀ  100% ਕਾਨੂੰਨੀ ਹੁੰਦੀ ਹੈ। ਕਾਗਜ਼ੀ ਤੌਰ 'ਤੇ ਆਪਾਂ ਹਰ ਚੀਜ਼ ਸਹੀ ਕਰਦੇ ਹਾਂ, ਬੱਚੇ ਨੂੰ ਦੱਸ ਕੇ ਕਰਦੇ ਹਾਂ, ਫਿਰ ਧਰਨੇ ਦਾ ਡਰ ਕਰਦਾ, ਠੀਕ ਹੈ। ਉਹ ਲੱਗਣ ਨੂੰ ਦਫ਼ਤਰ ਵੀ ਤਾਂ ਸਾਡਾ ਘਰ ਹੀ ਆ, ਉੱਥੇ ਵੀ ਤਾਂ ਅਸੀਂ ਬਹਿੰਦੇ ਹਾਂ, ਉੱਥੋਂ ਰੋਟੀ ਕਮਾਉਂਦੇ ਹਾਂ, ਘਰ ਵਾਸਤੇ ਕਮਾਉਂਦੇ ਹਾਂ, ਦਫ਼ਤਰ ਅਤੇ ਘਰ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਘਰ ਲੁਕਾਉਣ ਦੀ ਲੋੜ ਉਹਨੂੰ ਆ ਜਿਹਨੇ ਭੱਜਣਾ, ਅਸੀਂ ਤਾਂ ਇੱਥੇ ਰਹੇ ਹਾਂ, ਜੰਮਿਆ ਵੀ ਮੈਂ ਇੱਥੇ ਹੀ ਹਾਂ, ਜਨਮ ਵੀ ਮੇਰਾ ਇੱਥੇ ਹੋਇਆ, ਉਸ ਤੋਂ ਬਾਅਦ ਪਲਿਆ ਵੀ ਇੱਥੇ ਹਾਂ, ਕੰਮ ਵੀ ਇੱਥੇ ਘਰ 'ਚ ਰਹਿ ਕੇ ਕਰ ਰਿਹਾ ਵਾਂ, ਅਤੇ ਜੇ ਕੋਈ ਬੰਦਾ ਮਿਲਣਾ ਚਾਹੁੰਦਾ ਤਾਂ ਘਰ ਜੀ ਆਇਆ ਨੂੰ ਜਦੋਂ ਮਰਜ਼ੀ ਬਤਾ ਸਕਦਾ ਜੀ। ਅਕਸਰ ਸਰ ਆਪਾਂ ਦੇਖਦੇ ਹਾਂ ਕਿ ਬਾਹਰ ਦਾ ਜਿਵੇਂ ਅੱਜ ਕੱਲ੍ਹ ਰੁਝਾਨ ਵਧਿਆ ਹੋਇਆ, ਹਰੇਕ ਬੱਚਾ ਚਾਹੁੰਦਾ ਕਿ ਮੈਂ ਵਿਦੇਸ਼ ਜਾਵਾਂ, ਪਰ ਕੀ ਹੁੰਦਾ ਕਿ ਜਾਂ ਤਾਂ ਫਾਈਲਿੰਗ ਨਹੀਂ ਸਹੀ ਮਿਲਦੀ ਸਹੀ ਹੁੰਦੀ, ਜਾਂ ਏਜੰਟ 'ਚ ਅਜਿਹਾ ਟੱਕਰ ਜਾਂਦਾ, ਪਰ ਕੀ ਸਭ ਤੋਂ ਪਹਿਲਾਂ ਉਹਨੂੰ ਉਸ ਬੱਚੇ ਨੂੰ ਜਿਹਨੇ ਵਿਦੇਸ਼ ਜਾਣਾ ਉਹਨੂੰ ਦੇਖਣਾ ਕੀ ਚਾਹੀਦਾ, ਕਿਸ ਤਰ੍ਹਾਂ ਦੇ ਉਹਨੂੰ ਚਾਹੇ ਉਹ ਏਜੰਟ ਦੀ ਗੱਲ ਕਰ ਲਈਏ, ਕੀ ਚੀਜ਼ ਮੇਨ ਉਹਨੂੰ? ਦੇਖੋ ਜੀ, ਉਹੀ ਗੱਲ ਨਾ ਜਿਵੇਂ ਆਪਾਂ ਦਫ਼ਤਰਾਂ ਦੀ ਗੱਲ ਕਰਦੇ ਸੀਗੇ, ਹੁਣ ਪਿੰਡ ਤੁਸੀਂ ਰੱਖਦੇ, ਪਿੰਡ ਮੈਂ ਤਾਂ ਮਿਲ ਲੈਂਦਾ ਹੁੰਦਾ ਕਿ ਕਈ ਏਜੰਟਸ ਦੇ ਮਨ 'ਚ ਵਹਿਮ ਆ ਕਿ ਮਹਿੰਗਾ ਦਫ਼ਤਰ ਬਣਾਵਾਂਗੇ ਤਾਂ ਲੋਕ ਅਟਰੈਕਟ ਹੁੰਦੇ ਆ। ਮੈਂ ਇਹ ਦੱਸਣਾ ਚਾਹੁੰਦਾ ਕਿ ਬਈ ਲੋਕ ਮੇਰੇ ਕੋਲ ਘਰ ਆਉਂਦੇ ਆ, ਠੀਕ ਆ, ਉਸੇ ਬਾਲੇ ਵਾਲੀ ਛੱਤ ਹੇਠਾਂ ਕਾਉਂਸਲਿੰਗ ਹੁੰਦੀ ਜਿੱਥੇ ਫਾਈਲਾਂ ਵੀ ਦਿੰਦੇ ਆ, ਵੀ 25-25 ਲੱਖ ਦਾ ਭਰੋਸਾ ਕਰਦੇ ਆ ਮੇਰੇ 'ਤੇ, ਮੇਰੀ 24-25 ਸਾਲ ਦੀ ਉਮਰ ਆ, ਫਿਰ ਵੀ ਲੋਕ ਭਰੋਸਾ ਕਰਦੇ ਆ। ਉਹ ਮੈਂ ਦੱਸਣਾ ਚਾਹੁੰਦਾ ਕਿ ਦਫ਼ਤਰ ਮਾਇਨੇ ਨਹੀਂ ਰੱਖਦੇ, ਵੱਡੇ ਵੱਡੇ ਬੋਰਡ ਮਾਇਨੇ ਨਹੀਂ ਰੱਖਦੇ, ਤੁਹਾਡੇ ਕੰਮ ਦੀ ਕੁਆਲਿਟੀ, ਤੁਸੀਂ ਕੀ ਬੋਲਦੇ ਹੋ, ਤੁਸੀਂ ਕਿਵੇਂ ਸਲਾਹ ਦਿੰਦੇ ਹੋ, ਕੀ ਤੁਹਾਡੇ ਤੋਂ ਜਿਹੜੇ ਲੋਕ ਫਾਈਲਾਂ ਲਵਾ ਕੇ ਜਾਂਦੇ ਉਹਨਾਂ ਦੀ ਜ਼ਿੰਦਗੀ ਬਣਦੀ ਹੈ, ਕਿੰਨੇ ਲੋਕਾਂ ਦੀ ਜ਼ਿੰਦਗੀ ਬਣਦੀ ਹੈ, ਤਾਂ ਇਹ ਚੀਜ਼ ਮਾਇਨੇ ਰੱਖਦੀ ਹੈ। ਬੱਚਿਆਂ ਨੂੰ ਦੇਖਣਾ ਚਾਹੀਦਾ ਕਿ ਸਹੀ ਕੰਸਲਟੈਂਟ ਚੂਜ਼, ਇੱਦਾਂ ਨਹੀਂ ਹੁੰਦਾ ਕਿ ਜਿਹਦੇ ਬੋਰਡ ਵੱਡੇ ਆ, ਸਹੀ ਕੰਸਲਟੈਂਟ ਉਹਦੀ ਕਾਉਂਸਲਿੰਗ ਕਿਹੋ ਜਿਹੀ ਹੈ, ਉਹ ਕਾਲਜ ਕਿਹੜਾ ਦੇ ਰਿਹਾ, ਉਹਦੀ ਲੌਂਗ ਟਰਮ 10 ਸਾਲਾਂ ਦਾ ਪਲਾਨ ਕੀ ਦੇ ਰਿਹਾ ਤੁਹਾਨੂੰ, ਸਿਰਫ ਵੀਜ਼ਾ ਲਵਾਉਣ ਤੱਕ ਮਤਲਬ ਆ। ਇਹ ਚੀਜ਼ ਦੇਖ ਕੇ ਹੀ ਬੱਚੇ ਨੂੰ ਕੰਸਲਟੈਂਟ ਚੂਜ਼ ਕਰਨਾ ਚਾਹੀਦਾ, ਪ੍ਰੋਫਾਈਲ ਚੰਗੀਆਂ ਹੋਣਗੀਆਂ, ਵੀਜ਼ੇ ਸਾਰਿਆਂ ਦੇ ਲੱਗ ਹੀ ਜਾਣੇ ਆ। ਅਕਸਰ ਜੇ ਦੇਖੀਏ ਤਾਂ ਅੱਜ ਕੱਲ੍ਹ ਇਹ ਵੀ ਚੱਲ ਰਿਹਾ ਕਿ ਕੈਨੇਡਾ ਦੇ ਵਿੱਚ ਬੱਚਾ ਚਲਾ ਤਾਂ ਜਾਂਦਾ ਸਟੱਡੀ ਬੇਸ 'ਤੇ, ਪਰ ਉੱਥੇ ਜਾ ਕੇ ਨਾ ਕੰਮ ਮਿਲ ਰਿਹਾ, ਅਜਿਹੀਆਂ ਬੜੀਆਂ ਚਰਚਾਵਾਂ ਚੱਲ ਰਹੀਆਂ ਸੋਸ਼ਲ ਮੀਡੀਆ 'ਤੇ ਵੀ, ਕਿ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਜੀ, ਸੱਚਾਈ ਹੈਗੀ ਹੈ, ਕੰਮ ਨਹੀਂ ਮਿਲਦਾ ਪਹਿਲੀ ਗੱਲ ਤਾਂ, ਬੱਚਾ ਚਲਾ ਬਹੁਤ ਗਿਆ ਪਿਛਲੇ ਸਾਲ ਬਾਹਰ, ਪਿਛਲੇ 2-3 ਸਾਲਾਂ 'ਚ ਬਹੁਤ ਜ਼ਿਆਦਾ ਚਲਾ ਗਿਆ, ਉਸ ਤੋਂ ਬਾਅਦ ਜਿਹੜਾ ਬੱਚੇ ਦੀ ਪੜ੍ਹਾਈ ਦੀਆਂ ਕਲਾਸਾਂ ਦਾ ਸ਼ਡਿਊਲ ਆ ਉਹ ਤਾਂ ਕੰਮ ਨਾਲ ਮੈਚ ਨਹੀਂ ਖਾਂਦਾ, ਉਸ ਕਰਕੇ ਉਹਨੂੰ ਕੰਮ ਕਈ ਵਾਰੀ ਨਹੀਂ ਮਿਲਦਾ। ਤਾਂ ਇਹ ਹੈ ਕਿ ਅਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖ ਰਹੇ ਹਾਂ, ਜਿਹੜੇ ਬੱਚੇ ਦੀ ਵੀ ਕਾਉਂਸਲਿੰਗ ਕਰਦੇ ਹਾਂ ਕਿ ਉਹਦੀ ਜੇ ਅਸੀਂ ਉਹਨੂੰ ਆਹ ਸ਼ਹਿਰ 'ਚ ਭੇਜਦੇ ਹਾਂ ਤਾਂ ਉਹਦੀ ਆਹ ਕੋਰਸ ਲੈ ਕੇ ਦੇ ਰਹੇ ਹਾਂ, ਅਤੇ ਕਿੰਨੇ ਦਿਨ ਕਲਾਸਾਂ ਵਾ, ਕਿਹੜਾ ਸ਼ਡਿਊਲ ਆ ਕਲਾਸਿਸ ਦਾ ਤਾਂ ਕਿ ਉਹਨੂੰ ਕੰਮ ਮਿਲ ਸਕੇ। ਇਸ ਚੀਜ਼ 'ਤੇ ਸਾਡਾ ਪੂਰਾ ਫੋਕਸ ਆ, ਕੰਮ ਸਾਡੀ ਪ੍ਰਾਇਰਟੀ ਆ, ਉੱਥੇ ਵੀ ਅਸੀਂ ਟੀਮ ਬਣਾ ਰੱਖੀ ਹੈ ਕੈਨੇਡਾ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਅਸੀਂ ਟੀਮ ਬਿਲਡ ਕਰ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਜਾਣ ਏਅਰਪੋਰਟ ਤੋਂ ਲੈ ਕੇ ਜਾਣ ਤੋਂ ਲੈ ਕੇ ਘਰ ਲੱਭਣ ਤੱਕ ਉਹਨਾਂ ਨੂੰ ਕੰਮ ਦਿਵਾਉਣ ਤੱਕ ਉਹਨਾਂ ਦੀ ਹੈਲਪ ਕੀਤੀ ਜਾਵੇ।
ਇੱਕ ਪਿੱਛੇ ਜੇ ਮੈਂ ਤੁਹਾਡੀ 2-3 ਦਿਨ ਪਹਿਲਾਂ ਦੀ ਇੱਕ ਵੀਡੀਓ ਦੇਖ ਰਿਹਾ ਸੀ ਆਸਟ੍ਰੇਲੀਆ ਦਾ ਲੈ ਕੇ, ਆਸਟ੍ਰੇਲੀਆ ਨੂੰ ਲੈ ਕੇ ਵੀ ਤੁਸੀਂ ਇੱਕ ਪੋਸਟ ਸਾਂਝੀ ਕੀਤੀ ਸੀ ਸੋਸ਼ਲ ਮੀਡੀਆ 'ਤੇ ਕਿ ਗੈਪ 5-6 ਸਾਲ ਦਾ, ਉਹਦਾ ਕੀ ਪ੍ਰੋਸੈਸ ਹੈ, ਕੀ ਉਹ ਸੱਚਮੁੱਚ ਦੇ ਵਿੱਚ ਵੀਜ਼ਾ 5-6 ਸਾਲ ਦਾ ਗੈਪ ਵਾਲਿਆਂ ਦਾ ਤੁਸੀਂ? ਉਹਦੇ ਵਿੱਚ ਜੀ ਕੁਛ ਆਪਸ਼ਨਸ ਆਪਣੇ ਕੋਲ ਆ ਜਾਂਦੇ, ਜਿਵੇਂ ਜਿਵੇਂ ਕੋਈ ਸਾਨੂੰ ਕੋਈ ਕਾਲਜ ਕਹਿੰਦਾ, ਅਪਰੋਚ ਕਰਦਾ ਕਾਲਜ ਸਾਨੂੰ ਮਿਲਦਾ ਆ ਕੇ ਕਿ ਬਾਈ ਜੀ ਸਾਡੇ ਕੋਲ ਆਹ ਸੀਟਾਂ ਵਾ, ਅਸੀਂ 1-1.5 ਸਾਲ ਦਾ ਗੈਪ ਲੈ ਲਾਂਗੇ, ਅਤੇ ਅਸੀਂ ਉਹਦੀ ਅਨਾਊਂਸਮੈਂਟ ਕਰ ਦਿੰਦੇ ਹਾਂ ਕਿ ਵੀ ਸਾਡੇ ਕੋਲ ਆਪਸ਼ਨ ਆਇਆ, ਜਿਹੜਾ ਬੱਚਾ ਪ੍ਰੋਸੈਸ ਕਰਾਉਣਾ ਚਾਹੁੰਦਾ ਅਸੀਂ ਕਰਾ ਲਾਂਗੇ, ਉਹ ਤੁਸੀਂ ਐਪਲੀਕੇਸ਼ਨਸ ਦੇ ਰਹੇ ਹਾਂ ਜਿਹੜੀਆਂ ਉਹ ਸਿਲੈਕਟ ਕਰਨਗੇ, ਠੀਕ ਆ, ਉਹ ਅਸੀਂ ਉਹਦੇ ਵਿੱਚ ਪਾਵਾਂਗੇ, ਬਾਕੀ ਅਸੀਂ ਬੱਚਿਆਂ ਨੂੰ ਕਹਿ ਦਾਂਗੇ ਕਿ ਵੀ ਇਹ 'ਚ ਆਪਾਂ ਨਹੀਂ ਅਪਲਾਈ ਕਰ ਸਕਦੇ, ਡਿਪੈਂਡ ਕਰਦਾ ਕਿ ਤੁਹਾਡੀ ਐਪਲੀਕੇਸ਼ਨ ਕਿਹੋ ਜਿਹੀ ਹੈ। ਇੱਕ ਕੈਨੇਡਾ ਨੇ ਸਪਾਊਸ ਵੀਜ਼ੇ ਨੂੰ ਲੈ ਕੇ ਜਿਹੜੇ ਰੂਲਸ ਪਿੱਛੇ ਜੇ ਚੇਂਜ ਕੀਤੇ ਕਿ ਪਲੱਸ 2 ਤੋਂ ਬਾਅਦ ਜਾਂ ਮੈਰਿਜ ਦੇ ਮੈਰਿਜ ਕਰਾ ਕੇ ਸਪਾਊਸ, ਜਿਹੜੇ ਸਪਾਊਸ ਆਪਣੇ ਹਸਬੈਂਡ ਨੂੰ ਜਾਂ ਵਾਈਫ ਨੂੰ ਲੈ ਜਾਂਦੇ ਸੀ, ਉਸ ਨੂੰ ਲੈ ਕੇ ਵੀ ਹਜੇ ਲੋਕਾਂ ਦੇ ਵਿੱਚ ਬੜੀ ਕਨਫਿਊਜ਼ਨ ਚੱਲ ਰਹੀ ਹੈ ਕਿ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਕਿ ਸੱਚਮੁੱਚ ਜਿਹੜਾ ਸਪਾਊਸ ਹੈ ਉਹ ਨਹੀਂ ਜਾ ਰਿਹਾ? ਦੇਖੋ ਜੀ, ਸਪਾਊਸ ਪਲੱਸ 2 ਤੋਂ ਬਾਅਦ ਵਾਲੇ ਬੱਚਿਆਂ ਵਾਸਤੇ ਉਹਨਾਂ ਨੇ ਕੰਪਲੀਟਲੀ ਬੰਦ ਕਰਤਾ, ਮਾਸਟਰਸ ਡਿਗਰੀ, ਡਾਕਟਰਲ ਪ੍ਰੋਗਰਾਮ ਜਾਂ ਕੁਝ ਕੁ ਬੈਚਲਰਸ ਡਿਗਰੀ ਆ 3-4, ਉਹਨਾਂ ਵਿੱਚ ਸਪਾਊਸ ਜਾ ਸਕਦਾ, ਬੰਦ ਕਰਤਾ ਵਧੀਆ ਕਰਤਾ, ਪਹਿਲਾਂ ਵਿਆਹ ਦੇ ਰਿਸ਼ਤੇ ਦਾ ਸੌਦਾ ਹੁੰਦਾ ਸੀ ਉਹ ਬੰਦ ਹੋ ਜੂਗਾ, ਇਹ ਚੀਜ਼ਾਂ ਦੇ ਆਪਾਂ ਨੂੰ ਫਾਇਦੇ ਹੋਣੇ ਆ, ਪੰਜਾਬ ਦੀ ਜਵਾਨੀ ਬਾਜੂਗੀ, ਰੁਲਦੀ ਸੀ ਕੋਈ ਕੁੜੀ ਜਾ ਕੇ ਮੁੱਕਰ ਗਈ, ਆਹ ਹੋ ਗਿਆ ਜੀ ਆਹ ਹੋ ਗਿਆ, ਉਹਨਾਂ ਦੀਆਂ ਪ੍ਰੋਬਲਮ ਹੁੰਦੀਆਂ ਸੀ, ਸੱਚ ਹੈ ਸਪਾਊਸ ਵੀਜ਼ਾ ਪਲੱਸ 2 ਵਾਸਤੇ ਬੰਦ ਆ ਅਤੇ ਵਧੀਆ ਡਿਸੀਜ਼ਨ ਹੈ। ਪਰ ਖਾਸ ਕਰਕੇ ਕੰਸਲਟੈਂਟ ਵਾਲੇ ਤਾਂ ਕਹਿੰਦੇ ਨੇ ਕਿ ਸਾਡੇ ਕੋਲ ਅਜਿਹੀ ਮੁਰਗੀ ਕੋਈ ਫਸੇ, ਪਰ ਤੁਸੀਂ ਕਹਿ ਰਹੇ ਹੋ ਨਹੀਂ ਸਹੀ ਕੀਤਾ ਉਹਨਾਂ ਨੇ, ਸੱਚ ਹੈ ਸਹੀ ਗੱਲ ਹੈ, ਪਰ ਇਹ ਤੁਸੀਂ ਕਿਵੇਂ ਕਹਿਤਾ ਵੀ ਨਹੀਂ ਯਾਰ ਤੁਸੀਂ ਪੈਸਾ ਨਹੀਂ ਬਣਾਉਣਾ ਚਾਹੁੰਦੇ? ਕਿਉਂਕਿ ਪੈਸੇ ਦੀ ਗੱਲ ਨਹੀਂ ਹੈਗੀ ਜੀ, ਪੈਸਾ ਤਾਂ ਚਲੋ ਹਰ ਕੋਈ ਬਣਾਉਣਾ ਚਾਹੁੰਦਾ, ਪਰ ਸਾਡੇ ਵਾਸਤੇ ਲੋਕ ਮੁਰਗੀਆਂ ਨਹੀਂ ਨਾ ਹੈਗੇ, ਸਾਡੇ ਵਾਸਤੇ ਸਾਡੇ ਭੈਣ ਭਰਾ ਵਾ ਜਿਹੜੇ ਸਾਡੇ ਕੋਲ ਆਉਂਦੇ ਆ, ਆਸ ਉਮੀਦ ਲੈ ਕੇ ਆਉਂਦੇ, ਘਰੇ ਆਉਂਦੇ, ਅਸੀਂ ਇਕੱਠੇ ਬਹਿੰਦੇ ਹਾਂ, ਸਾਰਿਆਂ ਦੀ ਦਿਹਾੜੀ ਸਾਰੀ ਦਿਹਾੜੀ ਬੈਠੇ ਰਹੀਦਾ, ਸਾਡੇ ਵਾਸਤੇ ਕੋਈ ਵੀ ਬੰਦਾ ਮੁਰਗੀ ਨਹੀਂ ਆ, ਸਾਡੇ ਵਾਸਤੇ ਸਾਰੇ ਭੈਣ ਭਰਾ, ਸਾਡਾ ਆਪਦਾ ਪਰਿਵਾਰ ਆ, ਅਸੀਂ ਉਹਨਾਂ ਦੀ ਜ਼ਿੰਦਗੀ ਬਣਾਉਣ ਦੇ ਵਿੱਚ ਉਹਨਾਂ ਦੀ ਹੈਲਪ ਕਰਨੀ ਆ। ਲਾਸਟ ਦੇ ਵਿੱਚ ਕੀ ਸੁਨੇਹਾ ਦੇਵੋਗੇ ਬੱਚਿਆਂ ਨੂੰ ਜਿਹੜੇ ਹਜੇ ਵੀ ਕਈ ਬੱਚੇ ਅਜਿਹੇ ਨੇ ਕਿ ਪਲੱਸ 2 ਕਰਨ ਤੋਂ ਬਾਅਦ ਕਹਿ ਦਿੰਦੇ ਨੇ ਮੈਂ ਤਾਂ ਵਿਦੇਸ਼ ਹੀ ਜਾਣਾ, ਉਹਨਾਂ ਨੂੰ ਕੀ ਸਲਾਹ ਦੇਵੋਗੇ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਸਲਾਹ ਦਊਂਗਾ ਜੀ ਕਿ ਆਪਦਾ ਸਹੀ ਕੰਸਲਟੈਂਟ ਚੁਣੋ, ਦੇਖੋ ਕਿ ਕਿਹੜਾ ਤੁਹਾਨੂੰ ਕੋਰਸ ਮਿਲ ਰਿਹਾ, ਕੋਰਸ 'ਤੇ ਧਿਆਨ ਦਿਓ, ਸੀਟਾਂ ਘੱਟ ਆ ਹਰ ਕੰਟਰੀ ਦੇ ਵਿੱਚ, ਸੀਟ ਸਹੀ ਲੈਣ ਵਾਸਤੇ ਸਹੀ ਕੋਰਸ ਲਓ, ਚੰਗੀ ਪੜ੍ਹਾਈ ਕਰੋ, ਜਿੰਨੀ ਵਧੀਆ ਪੜ੍ਹਾਈ ਕਰੋਗੇ ਓਨਾ ਚੰਗਾ ਭਵਿੱਖ ਬਣੂਗਾ, ਸਿਰਫ ਕੈਨੇਡਾ ਜਾਂ ਕਿਸੇ ਕੰਟਰੀ ਪਹੁੰਚਣ ਤੱਕ ਦਾ ਮਤਲਬ ਨਾ ਰੱਖੋ, ਉਸ ਤੋਂ ਬਾਅਦ ਵਾਲੇ 10 ਸਾਲ ਸੋਚ ਕੇ ਫਿਰ ਆਪਣੀ ਫਾਈਲ ਫੜਾਓ ਕਿਸੇ ਨੂੰ। ਤਾਂ ਬਿਲਕੁਲ ਜੀ, ਇਹ ਸਨ ਸਪੀਕਰ ਸਿੰਘ UL ਇਮੀਗ੍ਰੇਸ਼ਨ ਦੇ MD ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਅਸੀਂ ਬੱਚਿਆਂ ਦੇ ਕੋਲੋਂ ਜਾਂ ਪੇਰੈਂਟਸ ਦੇ ਕੋਲੋਂ ਕਿਸੇ ਨਾਲ ਧੋਖਾ ਨਹੀਂ ਕਰਦੇ, ਬੇਸ਼ੱਕ ਸਾਡੇ ਦਫ਼ਤਰ ਆ ਜਾਣ ਜਿੱਥੇ ਮੈਂ ਰਹਿ ਰਿਹਾ ਰਿਹਾਇਸ਼ ਦੇ ਉੱਤੇ, ਉੱਥੇ ਅਸੀਂ ਹਰ ਐਤਵਾਰ ਨੂੰ ਜਿਹੜੀ ਕਾਉਂਸਲਿੰਗ ਹੈ ਬੱਚਿਆਂ ਦੀ ਉਹ ਕਰਦੇ ਹਾਂ, ਬੱਚਿਆਂ ਨੂੰ ਗਾਈਡਸ ਕੀਤਾ ਜਾਂਦਾ ਹੈ, ਇੱਥੇ ਹੀ ਬਹਿ ਕੇ ਅਸੀਂ ਉਹਨਾਂ ਦੀ ਫਾਈਲਿੰਗ ਵੀ ਕਰਦੇ ਹਾਂ ਘਰ ਦੇ ਵਿੱਚ ਬਹਿ ਕੇ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਏਜੰਟ ਤਾਂ ਜ਼ਿਆਦਾਤਰ ਆਫਿਸ ਜਾਂ ਦਫ਼ਤਰਾਂ ਦੇ ਵਿੱਚ ਵੀ ਨਹੀਂ ਮਿਲਦੇ, ਪਰ ਇੱਕ ਸਪੀਕਰ ਸਿੰਘ ਅਜਿਹੇ ਇਮੀਗ੍ਰੇਸ਼ਨ ਦੇ MD ਨੇ ਜਿਹੜੇ ਆਪਣੇ ਘਰ ਦੇ ਵਿੱਚ ਵੀ ਕਾਉਂਸਲਿੰਗ ਕਰਦੇ ਨੇ ਰੋਜ਼, ਉਹਨਾਂ ਨੇ ਦੱਸਿਆ ਕਿ ਸੰਡੇ ਨੂੰ, ਹਰ ਸੰਡੇ ਮੇਰੇ ਕੋਲ ਬੱਚੇ ਆਉਂਦੇ ਨੇ ਕਾਉਂਸਲਿੰਗ ਕਰਨ ਦੇ ਲਈ, ਤਾਂ ਅਸੀਂ ਅੱਜ ਪਹੁੰਚੇ ਸੀਗੇ, ਬੜੇ ਦੇਖਿਆ ਤਾਂ ਕਾਫੀ ਬੱਚੇ ਇੱਥੇ 100 ਤੋਂ 150 ਬੱਚਾ ਜਿਹੜਾ ਕਾਉਂਸਲਿੰਗ ਕਰਨ ਦੇ ਲਈ ਆਇਆ ਹੋਇਆ ਸੀ, ਉਹਨਾਂ ਦਾ ਇਹ ਕਹਿਣਾ ਕਿ ਅਸੀਂ ਸਿਰਫ ਪੈਸੇ ਨਹੀਂ ਕਮਾਉਣਾ ਚਾਹੁੰਦੇ, ਅਸੀਂ ਬੱਚਿਆਂ ਦੀ ਲਾਈਫ ਬਣਾਉਣਾ ਚਾਹੁੰਦੇ ਹਾਂ। ਤਾਂ ਸਪੀਕਰ ਸਿੰਘ ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਾਉਂਸਲਿੰਗ ਦੇ ਲਈ ਲੋਕ ਪਹੁੰਚ ਰਹੇ ਨੇ, ਗੱਲਬਾਤ ਕਰ ਲੈਂਦੇ ਹਾਂ, ਕੁਝ ਪਹੁੰਚੇ ਹੋਏ ਸੀਗੇ ਗੱਲਬਾਤ ਕਰਨ ਦੇ ਲਈ, ਸਪੀਕਰ ਸਿੰਘ ਉਹਨਾਂ ਨੂੰ ਮਿਲ ਕੇ ਆਏ ਨੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਕਿ ਜਸਪ੍ਰੀਤ ਸਿੰਘ ਨਾਮ ਹੈ, ਸ੍ਰੀ ਮੁਕਤਸਰ ਸਾਹਿਬ ਤੋਂ ਆਏ ਇਹ। ਅਤੇ ਕਿਵੇਂ ਇੱਥੇ, ਕਿਹੜੀ ਚੀਜ਼ ਦੀ ਇਨਫੋਰਮੇਸ਼ਨ, ਕਿਹੜੀ ਕੰਟਰੀ ਦੀ ਫਾਈਲਿੰਗ ਦੇ ਲਈ ਆਏ ਸੀਗੇ ਸਪੀਕਰ ਸਿੰਘ ਉਹਨਾਂ ਨੂੰ ਮਿਲੇ? ਅਸੀਂ ਇੱਥੇ ਕੈਨੇਡਾ ਵਾਸਤੇ ਸਟੱਡੀ ਐਂਡ ਸਪੋਰਟਸ ਵਾਸਤੇ ਆਏ ਸਰ, ਬਹੁਤ ਵਧੀਆ ਸਾਨੂੰ ਇੱਥੇ ਲੱਗਾ ਆ ਕੇ, ਬਹੁਤ ਵਧੀਆ ਇੱਥੇ ਸਹੂਲਤ ਹੈ ਜੀ, ਕੋਈ ਇੱਥੇ ਉਹ ਗੱਲ ਹੈ ਨਹੀਂ ਗੀ, ਕੌਂਸਲਰ ਵੀ ਬਹੁਤ ਵਧੀਆ ਨੇ, ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਜਾ ਰਹੀ ਹੈ, ਕੋਈ ਫਾਲਤੂ ਇੱਥੇ ਉਹ ਨਹੀਂ ਵੀ ਸ਼ੋਰ ਸ਼ਰਾਬਾ ਜਾਂ ਕਿਵੇਂ ਵਧੀਆ ਸਰ ਗੱਲ ਸੁਣਦੇ ਆ, ਅਤੇ ਸਾਨੂੰ ਬਹੁਤ ਵਧੀਆ ਸਰ ਨੂੰ ਮਿਲ ਕੇ। ਪਰ ਅਕਸਰ ਆਪਾਂ ਦੇਖਦੇ ਹਾਂ ਕਿ ਏਜੰਟਸ ਹੁੰਦੇ ਨੇ ਜਿਹੜੇ ਉਹ ਜਾਂ ਤਾਂ ਆਪਣਾ ਦਫ਼ਤਰ ਵਿੱਚ ਸਹੀ ਤਰ੍ਹਾਂ ਨਹੀਂ ਦੱਸਦੇ, ਪਰ ਇਹਨਾਂ ਦੇ ਸਪੀਕਰ ਸਿੰਘ ਉਹਨਾਂ ਨੇ ਘਰ ਦੇ ਵਿੱਚ ਹੀ ਆਪਣੇ ਕਾਉਂਸਲਿੰਗ ਰੱਖੀ ਹੋਈ ਹੈ, ਕਿਵੇਂ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਇਹਨਾਂ ਦੇ ਉੱਤੇ ਜੀ? ਸਰ ਵਿਸ਼ਵਾਸ ਤਾਂ ਬਹੁਤ ਵਿਸ਼ਵਾਸ ਕਰਕੇ ਇਹਨਾਂ ਕੋਲ ਆਏ ਹਾਂ, ਕਿਉਂਕਿ ਬਹੁਤ ਟਾਈਮ ਦੇ ਅਪੋਇੰਟਮੈਂਟ ਬੁੱਕ ਕਰਵਾ ਰਹੇ ਸੀਗੇ, ਚਾਂਸ ਹੀ ਮਿਲੇ, ਹੁਣ ਬੁੱਕ ਹੋਈ ਹੈ, ਸਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਵੈਸੇ ਵਧੀਆ ਲੱਗਾ ਵੀ ਸਰ ਆਪਦੇ ਘਰ ਦੇ ਵਿੱਚ, ਨਹੀਂ ਤਾਂ ਜੋ ਵੀ ਏਜੰਟ ਆਪਦਾ ਮੇਨ ਪਤਾ ਨਹੀਂ ਦੱਸਦੇ ਵੀ ਅਸੀਂ ਕਿੱਥੋਂ ਦੀਆਂ ਜਾਂ ਕਿਵੇਂ ਹਾਂ, ਪਰ ਸਰ ਆਪਦੇ ਘਰ ਬੁਲਾ ਕੇ ਵਧੀਆ, ਸਾਨੂੰ ਬਹੁਤ ਵਧੀਆ ਲੱਗਾ ਜੀ ਇੱਥੇ ਆ ਕੇ। ਸਪੀਕਰ ਸਿੰਘ ਉਹਨਾਂ ਦੇ ਘਰ ਪਹੁੰਚੇ ਸੀਗੇ ਅੱਜ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ?
ਅਸੀਂ ਇਹਨਾਂ ਦੇ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਮੂਸੇਵਾਲੇ ਦੇ ਪਿੰਡ ਵਿੱਚ ਲੋਕਾਂ ਦਾ ਇਹਦਾ ਤਾਤਾ ਲੱਗਾ ਹੋਇਆ ਹੈ, ਇਸੇ ਤਰ੍ਹਾਂ ਹੀ ਇੱਥੇ ਲੋਕਾਂ ਦਾ ਤਾਤਾ ਲੱਗਿਆ। ਮੈਂ ਵੇਖਿਆ ਮੈਨੂੰ ਇਵੇਂ ਜਾਪਿਆ ਕਿ ਜਿਵੇਂ ਇਹ ਸਿੱਧੂ ਮੂਸੇਵਾਲੇ ਦੇ ਘਰ ਅਤੇ ਉਹਦੇ ਘਰ 'ਚ ਕੋਈ ਫਰਕ ਨਹੀਂ ਲੱਗਾ। ਬਿਲਕੁਲ ਮੈਂ ਇੰਨ ਬਿੰਨ ਉਹਨਾਂ ਨੂੰ ਦੇਖਿਆ ਵਾ, ਬਹੁਤ ਵਧੀਆ ਲੱਗਾ ਸਾਨੂੰ। ਉਹਨਾਂ ਦਾ ਜੋ ਲੋਕਾਂ ਨੂੰ ਵਿਚਾਰ ਵੀ ਦੱਸ ਰਹੇ ਨੇ, ਸਹੀ ਦੱਸ ਰਹੇ ਨੇ, ਸਹੀ ਰਸਤੇ ਪਾ ਰਹੇ ਨੇ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਜਿਹਦੇ ਵਿੱਚ ਕੋਈ ਸਾਨੂੰ ਭੁਲੇਖਾ ਜਿਹਾ ਜਾਪੇ। ਹਰ ਇੱਕ ਬੰਦਾ ਆਪਣੀ ਜੋ ਵੀ ਇੱਛਾ ਅਨੁਸਾਰ ਆਪਣੀ ਗੱਲ ਕਰ ਰਿਹਾ ਹੈ। ਕਿਹੜੀ ਜਗ੍ਹਾ ਦੀ ਫਾਈਲਿੰਗ ਕਰਵਾਉਣ ਦੇ ਲਈ ਤੁਸੀਂ ਉਰੇ ਪਹੁੰਚੇ ਸੀਗੇ ਇਹਨਾਂ ਦੇ ਘਰ ਅੱਜ? ਅਸੀਂ ਜੀ ਨਾਲ ਗੁੱਡੀਆ ਸਾਡੀ, ਅਸੀਂ ਉਹਨਾਂ ਦੀ ਕਨੇਡਾ ਜਾਂ ਆਸਟ੍ਰੇਲੀਆ ਬਾਰੇ, ਠੀਕ ਹੈ ਜੀ, ਅਤੇ ਸਾਨੂੰ ਪਤਾ ਲੱਗਾ ਸੀ ਅਤੇ ਅਸੀਂ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਥੇ ਉਹਨਾਂ ਦੀ ਜੋ ਵੀਡੀਓ ਦੇਖ ਕੇ ਜੋ ਵਿਚਾਰ ਵੇਖ ਕੇ ਅਤੇ ਅਸੀਂ ਦੇ ਇਹਨਾਂ ਨਾਲ ਮਿਲਣ ਆਏ ਹਾਂ, ਇਹ ਦੋਵਾਂ ਦੇਸ਼ਾਂ ਬਾਰੇ ਪੁੱਛਣਾ ਚਾਹੁੰਦੇ ਹਾਂ। ਅਕਸਰ ਆਪਾਂ ਦੇਖਦੇ ਹਾਂ ਕਿ ਏਜੰਟ ਆਪਣਾ ਦਫ਼ਤਰ ਦਾ ਐਡਰੈਸ ਦੇਣੋਂ ਵੀ ਘਬਰਾ ਜਾਂਦੇ ਨੇ ਕਿ ਜਾਂ ਦਫ਼ਤਰ ਦੇ ਵਿੱਚ ਨਹੀਂ ਮਿਲਦੇ, ਪਰ ਇਹਨਾਂ ਨੇ ਤਾਂ ਅੱਜ ਘਰ ਦੇ ਵਿੱਚ ਹੀ ਅਗਲਾ ਆਪਣੇ ਘਰ ਦਾ ਐਡਰੈਸ ਦੇਣ ਤੋਂ ਡਰਦਾ ਕਿ ਕਿਤੇ ਕੱਲ੍ਹ ਨੂੰ ਮੇਰੇ ਘਰ ਨਾ ਆ ਜਾਵੇ ਜੇ ਨਾ ਵੀਜ਼ਾ ਲੱਗਿਆ, ਅਜਿਹਾ ਕੁਝ ਹੁੰਦਾ। ਔਰ ਇਹਨਾਂ ਦੇ ਤਰੀਕੇ ਨੂੰ ਤੁਸੀਂ ਇਸ ਤਰੀਕੇ ਨੂੰ ਕਿਵੇਂ ਦੇਖਦੇ? ਮੈਂ ਇੱਦਾਂ ਇਹ ਵੇਖਿਆ ਕਿ ਜਿਵੇਂ ਕੋਈ ਚੀਜ਼ ਬਿਲਕੁਲ ਕਲੀਅਰ ਦਿਖ ਰਹੀ ਹੋਵੇ, ਬਿਲਕੁਲ ਇਹ ਕਈ ਵਾਰ ਏਜੰਟਾਂ ਕੋਲ ਗਏ ਹਾਂ, ਅਸੀਂ ਅੰਮ੍ਰਿਤਸਰ ਵੀ ਬਹੁਤ ਆ, ਹੋਰ ਵੀ ਥਾਈਂ ਬੜੇ ਆ, ਪਰ ਉਹ ਜਿਹੜੀ ਇਹ ਗੱਲ ਆ ਨਾ, ਉਸ ਬਿਲਕੁਲ ਦੱਸਣ ਤੋਂ ਇਨਕਾਰੀ ਕਰਦੇ ਆ। ਅਬਲ ਤਾਂ ਉਹ ਮੱਥੇ ਨਹੀਂ ਲੱਗਦੇ, ਉਹਨਾਂ ਦਾ ਸਟਾਫ ਹੀ ਸਿਰਫ ਸਾਡੇ ਨਾਲ ਗੱਲਾਂ ਬਾਤਾਂ ਕਰਦਾ, ਸਾਨੂੰ ਪਤਾ ਨਹੀਂ ਹੁੰਦਾ ਵੀ ਏਜੰਟ ਹੈ ਜਿਹੜਾ ਵਾ ਉਹ ਕਿਹੜਾ ਵਾ, ਠੀਕ ਹੈ ਜੀ। ਇਸ ਕਰਕੇ ਇਹ ਤਾਂ ਖੁਦ ਹੀ ਮਿਲ ਰਹੇ ਨੇ ਅਤੇ ਖੁਦ ਹੀ ਆਪਣੇ ਐਡਰੈਸ ਘਰ ਬਾਰੇ, ਕੋਈ ਇਹੋ ਜਿਹੀ ਗੱਲ ਨਹੀਂ ਕਿ ਜਿਹੜਾ ਕੋਈ ਆਮ ਜਿਹਾ ਗੱਲ ਆ ਜਿਵੇਂ ਕਿਸੇ ਨੇ ਵੀ ਮੁੜ ਕੇ ਕੱਲ੍ਹ ਨੂੰ ਸਾਨੂੰ ਮਿਲ ਨਾ ਸਕਦਾ ਹੋਵੇ। ਬਿਲਕੁਲ ਜੀ ਇਹਨਾਂ ਦਾ ਬਿਲਕੁਲ ਸਾਦਾ ਜਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਾਪਦੀ, ਜਿਹੜੀ ਗੱਲ ਬਿਲਕੁਲ ਸਹੀ ਜਾਪੀ ਸਾਨੂੰ। ਤਾਂ ਸਪੀਕਰ ਸਿੰਘ ਉਹਨਾਂ ਦੇ ਘਰ ਮੌਜੂਦ ਹਾਂ, ਕਾਉਂਸਲਿੰਗ ਦੇ ਲਈ ਬਾਈ ਹੁਣੀ ਪਹੁੰਚੇ ਸੀ, ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ ਕਿੱਥੋਂ ਆਏ ਹੋ? ਵੀਰ ਅਸੀਂ ਟਿੱਪਾਂ ਵਾਲੇ ਤੋਂ ਆਏ, ਫਾਜ਼ਿਲਕਾ ਡਿਸਟ੍ਰਿਕਟ। ਕਿਹੜੀ ਕੰਟਰੀ ਦਾ ਵੀਜ਼ਾ ਲਗਵਾਉਣ ਦੇ ਲਈ ਜਾਂ ਫਾਈਲਿੰਗ ਲਗਵਾਉਣ ਦੇ ਲਈ ਗੱਲਬਾਤ ਕਰਨ ਲਈ ਪਹੁੰਚੇ ਸੀ? ਆਸਟ੍ਰੇਲੀਆ ਦਾ ਪੁੱਛਣ ਆਏ ਕਿਉਂਕਿ ਇਹਨਾਂ ਨੇ ਨਵਾਂ ਹੁਣ ਸਟਾਰਟ ਕੀਤਾ, ਤਾਂ ਦੇਖਦੇ ਹਾਂ। ਅਤੇ ਕਿਵੇਂ ਗੱਲਬਾਤ ਕਰਨ ਦਾ ਤਰੀਕਾ ਉਹਨਾਂ ਦਾ ਕਿਵੇਂ ਦਾ ਲੱਗਿਆ ਸਪੀਕਰ ਸਿੰਘ? ਬਹੁਤ ਵਧੀਆ, ਹਾਂਜੀ, ਪੂਰੇ ਆਰਾਮ ਨਾਲ ਮਤਲਬ ਗੱਲ ਸੁਣਦੇ ਆ, ਬਈ ਕੋਈ ਜਲਦਬਾਜ਼ੀ ਨਹੀਂ ਕਰਦੇ। ਅਕਸਰ ਆਪਾਂ ਦੇਖਦੇ ਹਾਂ ਕਿ ਏਜੰਟਸ ਜਿਹੜੇ ਹੁੰਦੇ ਨੇ ਆਪ ਸਾਹਮਣੇ ਨਹੀਂ ਆਉਂਦੇ, ਆਪਣੇ ਸਟਾਫ ਦੇ ਨਾਲ ਹੀ ਗੱਲਬਾਤ ਕਰਵਾ ਦਿੰਦੇ ਨੇ, ਪਰ ਇਹਨਾਂ ਨੇ ਅੱਜ ਆਪਣੇ ਘਰ ਦਾ ਐਡਰੈਸ ਤੱਕ ਦਿੱਤਾ ਹੋਇਆ ਤੁਹਾਨੂੰ ਕਿ ਤੁਸੀਂ ਉਹਨਾਂ ਦੇ ਰਿਹਾਇਸ਼ ਦੇ ਵਿੱਚ ਪਹੁੰਚੋ ਜਿੱਥੇ ਉਹ ਰਹਿ ਰਹੇ ਨੇ, ਉਹਨਾਂ ਦੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ? ਹਾਂਜੀ, ਤਾਂ ਹੀ ਫਿਰ ਟਰੱਸਟ ਬਣਦਾ ਜੀ, ਕਿਉਂਕਿ ਕੋਈ ਆਮ ਤੌਰ 'ਤੇ ਕੋਈ ਘਰੇ ਨਹੀਂ ਐਵੇਂ ਸਾਦਾ। ਬਾਈ ਜੀ ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਆਏ ਸੀ? ਮੇਰਾ ਨਾਮ ਸੁਖਚੈਨ ਸਿੰਘ ਹੈ, ਮੈਂ ਜਗਰਾਉਂ ਤੋਂ ਰਹਿਣ ਵਾਲਾ ਅਤੇ ਜਗਰਾਉਂ ਤੋਂ ਆਇਆ ਜੀ। ਹਾਂਜੀ। ਕਿਹਨਾਂ ਦੀ ਫਾਈਲਿੰਗ ਲਗਵਾਉਣ ਦੇ ਲਈ ਅੱਜ ਇੱਥੇ ਸਪੀਕਰ ਸਿੰਘ ਉਹਨਾਂ ਕੋਲ ਪਹੁੰਚੇ ਸੀ? ਆਪ ਦੀ ਸਟੱਡੀ ਵੀਜ਼ੇ ਦੀ ਗੱਲ ਕਰਨ ਵਾਸਤੇ ਆਏ ਸੀ, ਮੇਰੀ ਫਾਈਲਿੰਗ ਇਹਨਾਂ ਕੋਲ ਚੱਲ ਰਹੀ ਆ ਅਤੇ ਇਹਨਾਂ ਨੇ ਮੈਨੂੰ ਭਰੋਸਾ ਦਵਾਇਆ, ਮੇਰੇ 5.5 ਬੈਂਡ ਸੀਗੇ, ਇੱਕ 2 ਮੋਡਿਊਲਾਂ 'ਚੋਂ ਅਤੇ ਦੋਵਾਂ 'ਚੋਂ 6.5, ਅਤੇ ਇਹਨਾਂ ਨੇ ਵੀ ਦਵਾਇਆ ਭਰੋਸਾ ਵੀ ਅਸੀਂ ਤੁਹਾਡੀ ਫਾਈਲ ਲਵਾ ਕੇ ਦੇਵਾਂਗੇ। ਮਿਲੇ ਨੇ ਆਪ ਸਪੀਕਰ ਸਿੰਘ ਹੋਣੀ ਤੁਹਾਨੂੰ ਜਾਂ ਨਹੀਂ ਮਿਲੇ? ਹਾਂਜੀ, ਮੈਨੂੰ ਆਪ ਮਿਲੇ ਨੇ ਅੰਦਰ। ਹਾਂਜੀ ਸਰ। ਅਤੇ ਗੱਲਬਾਤ ਕਰਨ ਦਾ ਤਰੀਕਾ ਉਹਨਾਂ ਦਾ ਕਿਸ ਤਰ੍ਹਾਂ ਦਾ ਲੱਗਿਆ ਜੇ ਦੇਖੀਏ? ਜਿਵੇਂ ਫੈਮਿਲੀ ਮੈਂਬਰ ਗੱਲ ਕਰਦੇ ਉੱਦਾਂ ਦਾ ਹੀ ਸੀ ਉਹਨਾਂ ਦਾ ਤਰੀਕਾ, ਐਜ਼ ਆ ਕੈਜੂਅਲ ਗੱਲ ਕੀਤੀ ਉਹਨਾਂ ਨੇ ਸਾਡੇ ਨਾਲ ਪੂਰੀ ਵਧੀਆ। ਮੈਮ ਤੁਸੀਂ ਵੀ ਫਾਈਲਿੰਗ ਕਰਵਾਉਣ ਲਈ ਆਏ ਸੀ? ਨਹੀਂ ਸਰ, ਮੈਂ ਕਾਉਂਸਲਿੰਗ ਲਈ ਆਈ ਸੀ। ਔਰ ਹਾਂਜੀ, ਮੈਂ ਕਰੰਟਲੀ ਆਪਣੀ ਹਜੇ 12th ਪਾਸ ਕੀਤੀ ਆ, ਅਤੇ ਅੱਗੇ ਮੈਂ ਕਿਹੜੇ ਕੋਰਸ ਕਿਹੜੀ ਫੀਲਡ ਵੱਲ ਜਾਵਾਂ ਉਹਦੇ ਬਾਰੇ ਮੈਂ ਜਸਟ ਉਹਨਾਂ ਤੋਂ ਪਤਾ ਲੈਣ ਆਈ ਸੀਗੀ। ਹਾਂਜੀ, ਕਿਸ ਤਰ੍ਹਾਂ ਉਹ ਮਿਲੇ ਆਪ ਤੁਹਾਨੂੰ ਸਪੀਕਰ ਸਿੰਘ? ਹਾਂਜੀ, ਖੁਦ ਉਹਨਾਂ ਨੇ ਮੈਨੂੰ ਕਾਉਂਸਲ ਕੀਤਾ, ਅਤੇ ਈਵਨ ਨਿਸ਼ਾਂਤ ਸਿੰਘ ਸਰ ਉਹਨਾਂ ਨੇ ਵੀ ਮੈਨੂੰ ਕਾਉਂਸਲ ਕੀਤਾ, ਸਭ ਸਮਝਾਇਆ ਵੀ ਬਾਹਰ ਕਿੱਦਾਂ ਸਭ ਕਿੱਦਾਂ ਮੈਨੇਜ ਕਰਨਾ, ਕਿਹੜਾ ਕਿਹੜਾ ਕੋਰਸ ਬਾਹਰ ਜਾ ਕੇ ਸਭ ਸਹੀ ਆ, ਉਸ ਟਾਈਪ ਉਹਨਾਂ ਨੇ ਮੈਨੂੰ ਕਾਉਂਸਲ ਕੀਤਾ। ਅਕਸਰ ਆਪਾਂ ਦੇਖਦੇ ਹਾਂ ਜੇ ਕਿਸੇ ਏਜੰਟ ਨੂੰ ਮਿਲਣ ਜਾਂਦੇ ਹਾਂ, ਉਹ ਉਹਨਾਂ ਦਾ ਸਟਾਫ ਹੀ ਗੱਲਬਾਤ ਕਰਦਾ, ਪਰ ਇਹਨਾਂ ਦੇ ਅੱਜ ਤੁਸੀਂ ਘਰ ਆਏ ਹੋ, ਅਗਲਾ ਆਪਣੇ ਘਰ ਦਾ ਐਡਰੈਸ ਦੇਣ ਤੋਂ ਕਤਰਾਉਂਦਾ, ਦੱਸਦਾ ਨਹੀਂ, ਪਰ ਉਹ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੀਆਂ? ਉਸ ਚੀਜ਼ਾਂ ਨੂੰ ਸਰ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਵੀ ਐਡਰੈਸ ਕਰਦਾ ਉਹਨਾਂ ਨੂੰ ਦੇਣਾ ਕਤਰਾਉਂਦੇ ਆ, ਬਟ ਅਸੀਂ ਇਹਨਾਂ ਦੇ ਘਰ ਆਏ ਹਾਂ ਜਸਟ ਲਾਈਕ ਫੈਮਿਲੀ ਮੈਂਬਰ, ਇਹਨਾਂ ਨੇ ਸਾਨੂੰ ਡੀਲ ਕੀਤਾ, ਸਭ ਡਿਟੇਲਸ ਵਿੱਚ ਸਭ ਚੀਜ਼ ਦੱਸਿਆ ਇਹਨਾਂ ਨੇ, ਬਹੁਤ ਵਧੀਆ ਇਹਨਾਂ ਨੇ ਡੀਲ ਕੀਤਾ ਸਾਡੇ ਨਾਲ। ਭਾਅ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਬਰਨਾਲਾ ਤੋਂ ਜੀ।
ਕਿਸ ਕਿਹੜੀ ਕੰਟਰੀ ਦੇ ਲਈ ਕਾਉਂਸਲਿੰਗ ਦੇ ਲਈ ਪਹੁੰਚੇ ਸੀਗੇ? ਕੈਨੇਡਾ ਲਈ। ਹਾਂਜੀ, ਕਿਵੇਂ ਗੱਲਬਾਤ ਹੋਈ? ਮਿਲੇ ਸਪੀਕਰ ਸਿੰਘ? ਵਧੀਆ, ਬਹੁਤ ਵਧੀਆ ਡੀਲ ਕੀਤਾ ਸਰ ਨੇ, ਅਤੇ ਮੈਂ ਤਾਂ ਪ੍ਰੈਫਰ ਕਰਦਾ ਵੀ ਵਧੀਆ ਜਿੰਨੇ ਮਤਲਬ ਕਰਨਾ ਆ ਤਾਂ ਸਰ ਨੂੰ ਇੱਕ ਵਾਰ ਮਿਲੋ, ਕਰਨਾ ਨਾ ਕਰਨ ਅਗਲੀ ਮਰਜ਼ੀ ਵੀ, ਚਲੋ ਇੱਕ ਵਾਰ ਡੀਲ ਵਧੀਆ ਕਰਦੇ ਆ ਅਤੇ ਵੀ ਇੱਕ ਵਾਰ ਵਧੀਆ ਗੱਲਬਾਤ ਵੀ ਕਰੋ, ਰਾਏ ਲਓ ਕੀ ਕਹਿੰਦੇ ਨੇ। ਪਹਿਲਾਂ ਵੀ ਮਿਲੇ ਹੋ ਕਿਸੇ ਏਜੰਟ ਨੂੰ ਜਾਂ ਫਸਟ ਟਾਈਮ ਇਹਨਾਂ ਕੋਲ? ਨਹੀਂ ਨਹੀਂ, ਫਸਟ ਟਾਈਮ ਇਹਨਾਂ ਕੋਲ ਆਏ ਹਾਂ। ਹਾਂਜੀ, ਅਤੇ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਕਿਵੇਂ ਸਹੀ ਦਿੱਤੀ ਆ ਜਾਂ ਨਹੀਂ? ਨਹੀਂ ਨਹੀਂ, ਸਹੀ ਦਿੱਤੀ ਆ ਮੇਰੇ ਅਕੋਰਡਿੰਗ ਤਾਂ, ਮੈਨੂੰ ਸਹੀ ਲੱਗਿਆ ਕਿ ਪਹਿਲੀ ਵਾਰ ਮਿਲਿਆ ਇਹਨਾਂ ਨੂੰ ਅਤੇ ਸਹੀ ਲੱਗਿਆ, ਮੈਨੂੰ ਤਾਂ ਐਕਸਪੀਰੀਅੰਸ ਵਧੀਆ ਲੱਗੇ। ਜਿਵੇਂ ਏਜੰਟ ਅਕਸਰ ਆਪਾਂ ਦੇਖਦੇ ਹਾਂ ਕਿ ਆਪਣੇ ਦਫ਼ਤਰਾਂ ਦੇ ਵਿੱਚ ਵੀ ਨਹੀਂ ਮਿਲਦੇ, ਉਹ ਤਾਂ ਆਪਣੇ ਸਟਾਫ ਨੂੰ ਹੀ ਮੂਹਰੇ ਕਰ ਦਿੰਦੇ ਨੇ, ਇਹਨਾਂ ਨੇ ਇੱਕ ਘਰ ਦੇ ਵਿੱਚ ਹੀ ਆਪਣੇ ਘਰ ਦਾ ਵੀ ਐਡਰੈਸ ਦੇ ਤਾ ਤੁਹਾਨੂੰ ਕਿ ਘਰੇ ਆ ਕੇ ਗੱਲਬਾਤ ਕਰ ਲਓ, ਉਹਨੂੰ ਕਿਸ ਤਰ੍ਹਾਂ ਦੇਖਦੇ? ਨਹੀਂ, ਮੈਨੂੰ ਵਧੀਆ ਲੱਗਿਆ ਡੀਲ ਕੀਤੀ ਇਹਨਾਂ ਨੇ, ਡਾਊਨ ਟੂ ਅਰਥ ਜਿਵੇਂ ਪਰਸਨ, ਵਧੀਆ ਆਪਦੇ ਘਰ ਹੀ ਮਿਲਿਆ ਆ, ਕੋਈ ਇੱਦਾਂ ਨਹੀਂ ਮਤਲਬ ਵਧੀਆ ਯਾਰ ਦੋਸਤਾਂ ਵਾਂਗੂ ਆਇਆ, ਵਧੀਆ ਡੀਲ ਕੀਤਾ, ਇੱਦਾਂ ਦੀ ਕੋਈ ਦਿੱਕਤ ਨਹੀਂ। ਤਾਂ ਜੇ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਸਪੀਕਰ ਸਿੰਘ ਉਹਨਾਂ ਨਾਲ, ਯੂ ਐੱਲ ਓ ਦੇ ਐੱਮ ਡੀ ਨੇ ਜਿਹੜੇ, ਯੂ ਐੱਲ ਓ ਇਮੀਗ੍ਰੇਸ਼ਨ ਦੇ, ਸਪੀਕਰ ਸਿੰਘ ਉਹਨਾਂ ਦੇ ਨਾਲ ਜ਼ਰੂਰ ਕੰਟੈਕਟ ਕੀਤਾ ਜਾਵੇ, ਤਾਂ ਉਹਨਾਂ ਦੇ ਨੰਬਰ ਨੇ ਜਿਹੜੇ ਉਹ ਸਕਰੀਨ ਦੇ ਉੱਤੇ ਵਾਰ ਵਾਰ ਫਲੈਸ਼ ਹੋ ਰਹੇ ਹੋਣਗੇ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ।